ਤੁਸੀਂ ਵੀ ਸ਼ੂਗਰ ਨੂੰ ਕੰਟਰੋਲ ਕਰਨ ਵਾਸਤੇ ਮੈਟਫੋਰਮਿਨ ਨਾਮ ਦੀ ਦਵਾਈ ਖਾਂਦੇ ਹੋ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਹੈ। ਮੈਂ ਡਾਕਟਰ ਕਮਲਪ੍ਰੀਤ ਸਿੰਘ, ਆਈ ਐਮ ਐਨ ਐਕਸਪਰਟ ਇਨ ਡਾਇਬੀਟੀਜ਼ ਰਿਵਰਸਲ। ਮੇਰੀ ਬਹੁਤ ਸਾਰੀ ਕੇਸ ਰਿਪੋਰਟਸ ਮੈਡੀਕਲ ਜਰਨਲਸ ਵਿੱਚ ਪਬਲਿਸ਼ ਹੋਈਆਂ ਨੇ। ਆਈ ਹੈਵ ਰਿਟਨ ਅ ਬੁੱਕ ਦੈਟ ਇਜ਼ ਐਮਾਜ਼ਨ ਬੈਸਟ ਸੈਲਰ ਔਨ ਡਾਇਬੀਟੀਜ਼। ਇਸ ਤੋਂ ਇਲਾਵਾ ਲੋਟਸ ਆਫ ਪੇਸ਼ੈਂਟਸ ਜੋ ਸਾਡੇ ਠੀਕ ਹੋਏ ਨੇ ਉਹਨਾਂ ਦੀ ਵੀਡੀਓਜ਼ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਵੀ ਦੇਖ ਸਕਦੇ ਹੋ। ਜਿਨ੍ਹਾਂ ਪੇਸ਼ੈਂਟਸ ਨੂੰ ਕਹਿ ਦਿੱਤਾ ਗਿਆ ਸੀਗਾ ਕਿ ਤੁਹਾਨੂੰ ਪੂਰੀ ਲਾਈਫ ਇਨਸੁਲਿਨ 'ਤੇ ਰਹਿਣਾ ਪਏਗਾ, ਮੈਨੀ ਆਫ ਦੈਮ ਬਿਕੇਮ ਫ੍ਰੀ ਫਰੋਮ ਇਨਸੁਲਿਨ। ਬਹੁਤ ਸਾਰੇ ਪੇਸ਼ੈਂਟਸ ਜਿਨ੍ਹਾਂ ਦੀ ਐਚ ਬੀ ਏ ਵਨ ਸੀ 9.5 ਸੀਗੀ, ਵਿਦ ਇਨ 1 month ਐਚ ਬੀ ਏ ਵਨ ਸੀ ਕੇਮ ਡਾਊਨ ਟੂ 5.0। ਇਸ ਤਰ੍ਹਾਂ ਦੇ ਵੀ ਕੇਸਿਸ ਅਸੀਂ ਸੋਲਵ ਕੀਤੇ ਨੇ। ਯੂ ਕੈਨ ਚੈੱਕ ਦੈਟ ਆਊਟ ਔਨ ਆਰ ਵੈਬਸਾਈਟ। ਹੁਣ ਆਪਾਂ ਗੱਲ ਕਰੀਏ ਮੈਟਫੋਰਮਿਨ ਦੀ। ਮੈਟਫੋਰਮਿਨ ਨਾਮ ਦੀ ਦਵਾਈ ਕੁਛ ਟਾਈਮ ਵਾਸਤੇ ਗਲੂਕੋਮੀਟਰ ਵਿੱਚ ਤੁਹਾਡੀ ਰੀਡਿੰਗ ਨੂੰ ਨੋਰਮਲ ਤਾਂ ਲਾ ਸਕਦੀ ਹੈ, ਪਰ ਕੀ ਉਹ ਬਿਮਾਰੀਆਂ ਜੜ ਕਾਰਨ ਠੀਕ ਕਰਦੀ ਹੈ? ਉਹ ਠੀਕ ਨਹੀਂ ਕਰਦੀ। ਔਰ ਇਸੇ ਲਈ ਥੋੜ੍ਹੇ ਥੋੜ੍ਹੇ ਸਾਲਾਂ ਦੇ ਬਾਅਦ ਤੁਹਾਡੀ ਦਵਾਈ ਦੀ ਡੋਜੇਜ ਵੱਧਦੀ ਜਾਂਦੀ ਹੈ। ਇੱਕ ਟਾਈਮ ਆਉਂਦਾ ਫਿਰ ਡਾਕਟਰ ਕਹਿੰਦਾ ਕਿ ਹੁਣ ਦਵਾਈ ਕੰਮ ਨਹੀਂ ਕਰੇਗੀ, ਹੁਣ ਤਾਂ ਇਨਸੁਲਿਨ ਦੇ ਇੰਜੈਕਸ਼ਨ ਲਗਾਉਣੇ ਪੈਣਗੇ। ਔਰ ਫਿਰ ਕੀ ਹੁੰਦਾ ਹੈਗਾ, ਧੀਰੇ ਧੀਰੇ ਤੁਹਾਡੀ ਬੋਡੀ ਜਿਹੜੀ ਹੈ ਉਹ ਅੰਦਰੋਂ ਔਰਗਨਸ ਡੈਮੇਜ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਕਿਸੇ ਦੀ ਅੱਖਾਂ ਦੀ ਪ੍ਰੋਬਲਮ ਹੋ ਜਾਂਦੀ ਹੈ, ਕਿਸੇ ਦੇ ਹਾਰਟ ਅਟੈਕ ਦੀ ਪ੍ਰੋਬਲਮ ਆ ਜਾਂਦੀ ਹੈ, ਕਿਸੇ ਨੂੰ ਕਿਡਨੀ ਫੇਲੀਅਰ ਦੀ ਪ੍ਰੋਬਲਮ ਆਉਂਦੀ ਹੈ, ਕਿਸੇ ਨੂੰ ਪੈਰਾਂ ਨੂੰ ਕਟਵਾਉਣਾ ਪੈਂਦਾ ਹੈਗਾ। ਇਸੇ ਤਰ੍ਹਾਂ ਬੜੇ ਸਾਰੀ ਕੰਪਲੀਕੇਸ਼ਨ ਜਿਹੜੀਆਂ ਨੇ ਉਹ ਡਾਇਬਟੀਜ਼ ਨਾਲ ਜੁੜੀਆਂ ਹੋਈਆਂ ਨੇ। ਔਰ ਹੈਲਥ ਇਸ਼ੂਜ਼ ਤਾਂ ਹੈ ਹੀ ਨੇ, ਨਾਲ ਮੈਡੀਕਲ ਐਕਸਪੈਂਸ, ਖਰਚਾ ਵੀ ਦਵਾਈਆਂ ਦਾ, ਆਪਰੇਸ਼ਨਾਂ ਦਾ ਹੁੰਦਾ ਰਹਿੰਦਾ ਹੈਗਾ। ਔਰ ਦਿਮਾਗ 'ਤੇ ਹਮੇਸ਼ਾ ਇੱਕ ਟੈਨਸ਼ਨ, ਸਟ੍ਰੈਸ ਬਣੀ ਰਹਿੰਦੀ ਹੈ ਕਿ ਕੱਲ੍ਹ ਕੀ ਹੋਏਗਾ। ਇਹ ਤਾਂ ਹੋ ਗਿਆ ਇੱਕ ਤਰੀਕਾ। ਔਰ ਦੂਸਰਾ ਤਰੀਕਾ ਕੀ ਹੈ? ਦੂਸਰਾ ਤਰੀਕਾ ਉਹ ਹੈ ਜਿਹੜੇ ਸਾਡੇ ਇੱਕ ਪੇਸ਼ੈਂਟ ਨੇ ਜੋ 4 April ਨੂੰ ਸਾਡੇ ਕੋਲ ਆਏ ਸੀਗੇ, ਜਿਹਨਾਂ ਦਾ ਐਚ ਬੀ ਏ ਵਨ ਸੀ 9.5 ਸੀਗਾ, ਫਾਸਟਿੰਗ ਸ਼ੂਗਰ 200 ਤੋਂ ਉੱਤੇ ਸੀਗੀ, ਰੋਟੀ ਖਾਣ ਤੋਂ ਬਾਅਦ ਸ਼ੂਗਰ 250 ਦੇ ਆਸ ਪਾਸ ਸੀਗੀ। ਅੱਜ ਸਿਰਫ 3 ਮਹੀਨੇ ਦੇ ਵਿੱਚ ਉਹਨਾਂ ਦੀ ਐਚ ਬੀ ਏ ਵਨ ਸੀ 9.5 ਤੋਂ 5.0 ਹੋ ਚੁੱਕੀ ਹੈ। ਫਾਸਟਿੰਗ ਸ਼ੂਗਰ ਹਮੇਸ਼ਾ 100 ਤੋਂ ਥੱਲੇ ਰਹਿੰਦਾ ਹੈ, ਔਰ ਰੋਟੀ ਖਾਣ ਤੋਂ ਬਾਅਦ 150 ਥੱਲੇ ਰਹਿੰਦਾ ਹੈਗਾ। ਔਰ ਇਹ ਕਿਸ ਤਰ੍ਹਾਂ ਹੋਇਆ? ਮੈਂ ਉਹਨਾਂ ਨੂੰ ਕੋਈ ਦਵਾਈ ਖਾਣ ਨੂੰ ਨਹੀਂ ਦਿੱਤੀ, ਮੈਂ ਸਿਰਫ ਉਹਨਾਂ ਨੂੰ ਇਹ ਦੱਸਿਆ ਤੁਸੀਂ ਕੀ ਖਾਣਾ ਹੈ, ਕਿਸ ਤਰ੍ਹਾਂ ਖਾਣਾ ਹੈ, ਕੀ ਨਹੀਂ ਖਾਣਾ ਹੈਗਾ, ਕਿਵੇਂ ਬਣਾਉਣਾ ਹੈ, ਕੁਕਿੰਗ ਕਿਵੇਂ ਕਰਨੀ ਹੈ, ਔਰ ਇਸ ਤੋਂ ਇਲਾਵਾ ਕਿੰਨੀ ਕੁਆਂਟਿਟੀ ਵਿੱਚ ਖਾਣਾ ਹੈ। ਔਰ ਸਾਰੀ ਜੋ ਲਾਈਫ ਸਟਾਈਲ ਐਂਡ ਡਾਇਟ ਰਿਲੇਟਿਡ ਗਾਈਡੈਂਸ ਸੀਗੀ ਉਹਨਾਂ ਨੂੰ ਦਿੱਤੀ, ਅਤੇ ਹੁਣ ਅੱਜ ਉਹ ਠੀਕ ਹੋ ਚੁੱਕੇ ਨੇ। ਹੀ ਜੁਆਇੰਡ ਆਰ ਡਾਇਬਟੀਜ਼ ਰਿਵਰਸਲ ਪ੍ਰੋਗਰਾਮ। ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਪੂਰੀ ਲਾਈਫ ਇੰਨਾ ਸਟ੍ਰੈਸਫੁਲ ਡਾਇਬਟੀਜ਼ ਕੰਪਲੀਕੇਸ਼ਨਸ ਨਾਲ ਜੀਣਾ, ਉਸ ਤੋਂ ਬੈਟਰ ਹੈ ਕਿ ਆਪਣੀ ਡਾਇਟ ਐਂਡ ਲਾਈਫ ਸਟਾਈਲ ਨੂੰ ਸੁਧਾਰੋ, ਹੋਲ ਫੂਡ ਪਲਾਂਟ ਬੇਸਡ ਡਾਇਟ ਨੂੰ ਫੋਲੋ ਕਰੋ, ਜਿੰਨਾ ਹੋ ਸਕੇ ਵੱਧ ਤੋਂ ਵੱਧ ਸਲਾਦ ਖਾਓ, ਫਰੂਟ ਖਾਓ, ਘੱਟ ਤੋਂ ਘੱਟ ਬਾਹਰ ਦੀਆਂ ਚੀਜ਼ਾਂ ਖਾਓ, ਜੰਕ ਫੂਡ ਨਾ ਖਾਓ। ਜਦ ਤੱਕ ਡਾਇਬਟੀਜ਼ ਠੀਕ ਨਹੀਂ ਹੁੰਦੀ, ਦੁੱਧ ਦੀਆਂ ਚੀਜ਼ਾਂ ਵੀ ਅਵੋਇਡ ਕਰੋ ਕਿਉਂਕਿ ਉਹ ਹੈਵੀ ਹੁੰਦੀਆਂ ਨੇ। ਨੋਨ ਵੈਜੀਟੇਰੀਅਨ ਫੂਡ ਤਾਂ ਬਿਲਕੁਲ ਵੀ ਨਹੀਂ ਖਾਣਾ, ਸ਼ਰਾਬ ਬਿਲਕੁਲ ਨਹੀਂ ਪੀਣੀ, ਸਮੋਕਿੰਗ ਬਿਲਕੁਲ ਨਹੀਂ ਕਰਨੀ, ਇਹਨਾਂ ਚੀਜ਼ਾਂ ਦਾ ਧਿਆਨ ਰੱਖਣੀਆਂ। ਔਰ ਅਗਰ ਤੁਸੀਂ ਇਸ ਚੀਜ਼ ਬਾਰੇ ਜ਼ਿਆਦਾ ਨੌਲੇਜ ਲੈਣਾ ਚਾਹੁੰਦੇ ਹੋ, ਯੂ ਕੈਨ ਰੀਡ ਦਿਸ ਬੁੱਕ, ਵਾਸ਼ ਵੇ ਟੂ ਰਿਵਰਸ ਟਾਈਪ 2 ਐਂਡ ਟਾਈਪ 1 ਡਾਇਬਟੀਜ਼। ਐਂਡ ਅਗਰ ਤੁਸੀਂ ਇਲਾਜ ਕਰਵਾਉਣਾ ਚਾਹੁੰਦੇ ਹੋ ਸਾਡੇ ਥਰੂ, ਤਾਂ ਤੁਸੀਂ ਸਾਨੂੰ ਸੰਪਰਕ ਵੀ ਕਰ ਸਕਦੇ ਹੋ। ਥੈਂਕ ਯੂ ਸੋ ਮਚ, ਹੈਵ ਅ ਗੁੱਡ ਡੇ।